मगर सिंह गरीवाल, आज की तारीख 17 अगस्त, मेरी बर्थ 15 मई 1938 है। मैं एजुकेशन डिपार्टमेंट दे विच पढ़ाउंदा सी, हाई स्कूल दे विच मेरी पोस्टिंग सी और लुधियाना डिस्ट्रिक्ट दे विच स्थित ए हाई स्कूल सीहां दौद है। हमले बारे मैं स्कूल तो तकरीबन 10 किलोमीटर दे फासले ते हसबैंड वाइफ असी रहिंदे सी, वाइफ हेल्थ डिपार्टमेंट सर्विस करदी सी, उत्थों डेली मैं स्कूल जाया करदा सी। उस वेले क्योंकि साडी सिचुएशन इहो जी सी, असी सरकारी क्वार्टर दे विच रहिंदे सी, मलेरकोटला लुधियाना जिहड़ी मेन रोड सी इह बिल्कुल साडे कोल दी क्रॉस करदी सी। उस वेले कर्फ्यू लग्या होया सी, मैं कुप अपने घर दे बाहर स्थित बैठा सी। बहुत सारे टीचर जो मलौद साइड तो आ रहे सी जां उन्होंने भी अपो अपने ड्यूटियां ते जाना सी, क्योंकि सड़क सारी सुन्नी पई सी, साडे कोल कोई इंटीमेशन नहीं सी वी स्कूल बंद करते हैं जां की करते हैं। स्पेशली ये रोड जिहड़ी मतलब लुधियाना संगरूर मलेरकोटला इस ते आर्मी घूम रही सी, कोई आदमी सड़क तो दूए पासे जां सड़क तो इधर नहीं सी आ सकदा, जिस करके वह बहुत सारे टीचर जिहड़े सी ਉਹ ਸਭ ਮੇਰੇ ਕੋਲ ਸਾਡੇ ਕੁਆਟਰ ਦੇ ਕੋਲ ਉੱਥੇ ਮੰਜੀਆਂ ਮੁੰਜੀਆਂ 'ਤੇ ਕੁਰਸੀਆਂ ਕੁਰਸੀਆਂ 'ਤੇ ਬੈਠ ਗਏ। ਉਹ ਵੇਟ ਕਰਨ ਲੱਗੇ ਵੀ ਅਸੀਂ ਡਿਊਟੀਆਂ 'ਤੇ ਜਾਣਾ, ਈਵਨ ਵੀ ਸਾਡੇ ਨਾਲ ਮੁਸਲਮਾਨਾਂ ਦੇ 3-4 ਘਰ ਸੀਗੇ ਅਤੇ ਉਹ ਵੀ ਘਰ ਜਿਹੜੇ ਸੀਗੇ ਵਿਚਾਰੇ ਗਰੀਬ ਜੈਂਟਰੀ, ਪਿੰਡ ਜਿਹੜਾ ਸੀ 1/2 ਕਿਲੋਮੀਟਰ ਦੇ ਫਾਸਲੇ 'ਤੇ ਸੀਗਾ। ਇਹ ਕੁੱਪ ਵੱਡਾ ਕੁੱਪ ਮਤਲਬ ਘੱਲੂਘਾਰਾ ਦੇ ਨਾਂ ਨਾਲ, ਜਿੱਥੇ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ 35,000 ਸਿੰਘ ਕਤਲ ਕੀਤੇ ਸੀ, ਇਹ ਉਸ ਪਿੰਡ ਦੀ ਦੇ ਵਿੱਚ ਸਥਿਤ ਸੀਗੇ। ਅਸੀਂ ਉੱਥੇ ਬੈਠੇ ਸੀ, ਉਹ ਸੜਕ ਤੋਂ ਵੀ ਉਹ ਮੁਸਲਮਾਨ ਵਿਚਾਰੇ ਜਿਹੜੇ ਸੀਗੇ ਉਹ ਪਿੰਡ 'ਚੋਂ ਕੋਈ ਦੁੱਧ ਲੱਸੀ ਲੈਣ ਜਾਂਦਾ ਸੀਗਾ, ਉਹਨੂੰ ਵੀ ਆਰਮੀ ਜਿਹੜੀ ਸੀ ਉਹ ਸੜਕ ਕ੍ਰੋਸ ਨਹੀਂ ਸੀ ਕਰਨ ਦੇ ਰਹੀ, ਜਿਸ ਕਰਕੇ ਅਸੀਂ ਉੱਥੇ ਮਤਲਬ ਕਾਫੀ ਸਮਾਂ ਤਕਰੀਬਨ 25-30 ਜਿਹੜੇ ਅਧਿਆਪਕ ਸੀਗੇ ਉਹ ਆਪਣੀਆਂ ਡਿਊਟੀਆਂ 'ਤੇ ਜਾਣ ਤੋਂ ਬੈਠੇ ਰਹੇ। ਪਰ ਹੌਲੀ ਹੌਲੀ ਜਿਉਂ ਜਿਉਂ ਦਿਨ ਚੜ੍ਹਦਾ ਗਿਆ, ਟਾਈਮ ਨਿਕਲਦਾ ਗਿਆ, ਤਾਂ ਮਤਲਬ ਕਿਸੇ ਨੂੰ ਬਿਲਕੁਲ ਅਲਾਓ ਨਹੀਂ ਸੀ ਉਹ ਕਿਸੇ ਨੂੰ ਜਾਣ ਦਿੱਤੇ। ਕਿੰਨੀ ਦੇਰ ਰਹਿੰਜ ਰਿਹਾ ਕਰਫਿਊ ਪੂਰਾ? ਕਰਫਿਊ ਤਾਂ ਲਗਭਗ ਮੈਨੂੰ ਲੱਗਦਾ ਵੀ 2 ਦਿਨ ਰਿਹਾ, ਕਿਉਂਕਿ ਪ੍ਰੈਸ ਦੇ ਵਿੱਚ ਹੀ ਮੈਂ ਇਹ ਪੜ੍ਹੀ ਸੀਗੀ ਵੀ ਉਸੇ ਦਿਨ ਮਾਰਕ ਟੁੱਲੀ ਨੂੰ ਉੱਥੋਂ ਅੰਮ੍ਰਿਤਸਰ ਦੇ ਵਿੱਚੋਂ ਵਿਦਾ ਕੀਤਾ, ਜਿਹੜਾ BBC ਦਾ ਪ੍ਰੈਸ ਰਿਪੋਰਟਰ ਸੀ। ਉਸਨੇ ਆਪਣੀ ਕਿਤਾਬ ਦੇ ਵਿੱਚ ਵੀ ਮੈਂ ਪੜ੍ਹੀ ਹੈ ਲਿਖਿਆ ਵੀ ਜਦੋਂ ਅੰਮ੍ਰਿਤਸਰ ਤੋਂ ਮੈਨੂੰ ਦਿੱਲੀ ਰਵਾਨਾ ਕੀਤਾ ਤਾਂ ਸੜਕਾਂ 'ਤੇ ਕੋਈ ਚੀਜ਼ ਦਿਖਾਈ ਨਹੀਂ ਸੀ ਦਿੰਦੀ, ਸੁੰਨਸਾਨ ਜਿਹੜੀ ਦਿਖਾਈ ਦਿੰਦੀ ਸੀ। ਅਤੇ ਇਸ ਤਰ੍ਹਾਂ ਸਿਵਾਏ ਮਿਲਟਰੀ ਦੀ ਗਸ਼ਤ ਤੋਂ ਕੁਛ ਉੱਥੇ ਦਿਖਾਈ ਨਹੀਂ ਸੀ ਦਿੰਦਾ। ਈਵਨ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਦਹਿਸ਼ਤ ਫੈਲਿਆ ਹੋਇਆ ਸੀ ਬਈ ਲੋਕ ਜਿਹੜੇ ਸੀਗੇ ਉਹ ਘਰਾਂ ਤੋਂ ਬਾਹਰ ਨਹੀਂ ਸੀ ਆ ਰਹੇ ਵੀ ਪਤਾ ਨਹੀਂ ਕੀ ਹੋਣ ਵਾਲਾ। ਰਿਐਲਿਟੀ ਦਾ ਉਹ ਰੇਡੀਓ ਤੋਂ ਕੁਛ ਪਤਾ ਲੱਗਦਾ ਸੀਗਾ ਬਈ ਅਟੈਕ ਹੋ ਗਿਆ ਹਰਿਮੰਦਰ ਸਾਹਿਬ 'ਤੇ। ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇੱਕ ਘਟਨਾ ਮੇਰੇ ਯਾਦ ਹੈ ਵੀ ਮੇਰੀ ਮਿਸਿਜ ਜਿਹੜੀ ਸੀ ਉਹ ਹੈਲਥ ਡਿਪਾਰਟਮੈਂਟ ਸੀ, ਸਾਡੇ ਨਾਲ ਇੱਕ ਪਿੰਡ ਛੋਟਾ ਜਿਹਾ ਕੁੱਪ ਖੁਰਦ ਹੈ, ਉੱਥੋਂ ਦਾ ਇੱਕ ਸਰਪੰਚ ਉਹਦੇ ਮੁੰਡੇ ਦੇ
ਉਹਦੇ ਅਪੈਂਡਿਕਸ ਦਾ ਦਰਦ ਉੱਠਿਆ ਹੋਇਆ ਸੀਗਾ। ਉਹਦਾ ਪਿਓ ਮਤਲਬ ਸਾਡੇ ਕੋਲ ਆਇਆ ਉਸ ਕੁਆਟਰ ਦੇ ਵਿੱਚ ਰਾਤ ਨੂੰ, ਅਤੇ ਉਹ ਕਹਿਣ ਲੱਗਾ ਵੀ ਉਹ ਮੁੰਡੇ ਦੀ ਡੈਥ ਹੋ ਜੂ, ਵੀ ਤੁਸੀਂ ਉਹਦਾ ਕੋਈ ਹੱਲ ਕਰੋ। ਅਤੇ ਉਹ ਸਿਚੁਏਸ਼ਨ ਇਹੋ ਜਿਹੀ ਸੀ, ਸੜਕ ਕ੍ਰਾਸ ਕੋਈ ਨਹੀਂ ਸੀ ਕਰ ਸਕਦਾ। ਈਵਨ ਉਹ ਮਿਸਿਜ਼ ਉਹਦੇ ਨਾਲ ਗਈ ਖੇਤਾਂ ਦੇ ਵਿੱਚ ਦੀ ਹੋ ਕੇ, ਉਹਦੇ ਜਾ ਕੇ ਉਹਨੇ ਇੰਜੈਕਸ਼ਨ ਲਾਇਆ ਫੋਰਟਬਿਨ ਜਾਂ ਮਤਲਬ ਜਿਹੜੇ ਵੀ ਇੰਜੈਕਸ਼ਨ ਕੋਈ ਹੁੰਦੇ ਆ, ਅਤੇ ਉਹਦੀ ਹਾਲਤ ਦੇਖੀ ਵੀ ਹੁਣ ਤਾਂ ਇਹ ਮੰਨੋ ਤੁਸੀਂ ਠੀਕ ਹੈ ਬਚ ਜੂ, ਪਰ ਇਸ ਨੂੰ ਤੁਸੀਂ ਬਾਹਲੀ ਦੇਰ ਨਾਲ ਰੱਖਿਓ, ਇਹਨੂੰ ਤੁਰੰਤ ਹੋਸਪਿਟਲ ਦੇ ਵਿੱਚ ਲੈ ਕੇ ਜਾਓ। ਔਰ ਈਵਨ ਆਰਮੀ ਵਾਲੇ ਵੀ ਉਸਨੂੰ ਰੋਕਦੇ ਰਹੇ ਆ ਵੀ ਤੁਸੀਂ ਇਕੱਲੇ ਨਹੀਂ ਜਾ ਸਕਦੇ। ਇਹੋ ਜਿਹੀ ਸਿਚੁਏਸ਼ਨ ਜਿਹੜੀ ਸੀਗੀ ਉਹ ਜਾਣੀ ਇੱਕ ਦਿਲ ਕੰਬਾ ਦੇਣ ਵਾਲੀ ਹਾਲਾਤ ਸੀਗੇ। ਨਹੀਂ ਅਸੀਂ ਮਤਲਬ ਕਿਉਂਕਿ ਤਕਰੀਬਨ 85 ਮੀਲ ਦੇ ਦੂਰ 'ਤੇ ਅਸੀਂ ਬੈਠੇ ਸੀਗੇ, ਕਿਉਂਕਿ ਸਾਡੀ ਫੈਮਿਲੀ ਛੋਟੀ ਸੀ ਅਤੇ ਅਸੀਂ ਦੋਨੇ ਮੀਆਂ ਬੀਬੀ ਜਿਹੜੇ ਸੀ ਇੰਪਲਾਈ ਸੀਗੇ, ਬੱਚੇ ਮਤਲਬ ਛੋਟੇ ਸੀਗੇ, ਦੋ ਤਿੰਨ ਸਾਲ ਦੇ ਸੀ। ਉਸ ਦੇ ਵਿੱਚ ਮੈਂ ਆਲਰੇਡੀ ਸਕੂਲ ਦੇ ਵਿੱਚ ਪੜ੍ਹਾਉਂਦਾ ਸੀ, ਸਵੇਰੇ ਰੇਡੀਓ ਦੁਆਰਾ ਖਬਰ ਪਤਾ ਲੱਗਿਆ ਸਾਨੂੰ ਵੀ ਇੰਦਰਾ ਗਾਂਧੀ ਨੂੰ ਸ਼ੂਟ ਕਰ ਦਿੱਤਾ ਗਿਆ, ਪਰ ਉਹਦੇ ਵਿੱਚ ਇਹ ਗੱਲ ਕਲੀਅਰ ਨਹੀਂ ਸੀ ਹੋਈ ਵੀ ਕੀ ਉਹਦੀ ਡੈਥ ਹੋ ਗਈ ਹੈ, ਕਿਵੇਂ ਮਾਰੀ ਹੈ, ਕੀ ਹੋਇਆ। ਤਾਂ ਜ਼ਿਆਦਾ ਲਗਭਗ 3 ਕੁ ਵਜੇ ਫਿਰ ਸਾਡੇ ਕੋਲ ਇੱਕ ਖਬਰ ਆਈ, ਕਹਿੰਦੇ ਵੀ ਇੰਦਰਾ ਗਾਂਧੀ ਦੀ ਡੈਥ ਹੋ ਗਈ। ਉਹ ਡੈਥ ਹੋਣ ਤੋਂ ਬਾਅਦ ਉਹ ਕਿਉਂਕਿ ਅੱਡ ਅੱਡ ਕਮਿਊਨਿਟੀ ਦੇ ਅਧਿਆਪਕ ਹੋਰ ਮਤਲਬ ਸਕੂਲ 'ਚ ਛੁੱਟੀ ਹੋ ਗਈ, ਪਿੰਡ ਦੇ ਵਿੱਚ ਸਾਰੇ ਇੱਕਦਮ ਫਿਰ ਖਬਰ ਫੈਲ ਗਈ ਵੀ ਇਸ ਤਰ੍ਹਾਂ ਇੰਦਰਾ ਗਾਂਧੀ ਦੀ ਡੈਥ ਹੋ ਗਈ ਹੈ। ਅਤੇ ਸਕੂਲਾਂ ਦੇ ਵਿੱਚ ਛੁੱਟੀਆਂ ਕੋਈ ਨਹੀਂ ਸੀ ਕੀਤੀਆਂ, ਅਸੀਂ ਮਤਲਬ ਛੁੱਟੀ ਕਰਕੇ ਘਰ ਨੂੰ ਚਲੇ ਗਏ ਹਾਂ। ਉਸ ਤਰ੍ਹਾਂ ਮਤਲਬ ਜਿਹੜੀਆਂ ਆਲੇ ਦੁਆਲਿਓਂ ਕੁਲੈਕਸ਼ਨ ਕੋ ਗੱਲਾਂ ਦੀ ਕੀਤੀ, ਬਹੁਤ ਸਾਰੇ ਜਿਹੜੇ ਮਤਲਬ ਸਿੱਖ ਸੀਗੇ ਉਹ ਚਾਹੇ ਜਜ਼ਬਾਤ ਦੇ ਵਿੱਚ ਲਾਓ ਜਾਂ ਮਤਲਬ ਉਹ ਸਮਝਦੇ ਸੀ ਵੀ ਇੱਕ ਸਜ਼ਾ ਦੇ ਰੂਪ ਦੇ ਵਿੱਚ ਬਈ ਉਸ ਨੂੰ ਉਸ ਦਾ ਸਜ਼ਾ ਦਾ ਜਿਹੜਾ ਹੈਗਾ ਅਫਜ਼ਾਨਾ ਭੁਗਤਣਾ ਪਿਆ। ਦੂਜੇ ਪਾਸੇ ਮਲੇਰਕੋਟਲਾ ਸਾਡੇ ਨਾਲੇ ਸੀਗਾ, ਉੱਥੇ ਕਮਿਊਨਿਟੀ ਮੁਸਲਿਮ ਜ਼ਿਆਦਾ ਹੈਗੀ ਆ ਅਤੇ ਉੱਥੇ ਹਿੰਦੂ ਕਮਿਊਨਿਟੀ ਘੱਟ ਹੈ। ਫਿਰ ਵੀ ਬਹੁਤ ਸਾਰੇ ਹਿੰਦੂ ਜਿਹੜੇ ਸੀਗੇ ਉਹ ਬਹੁਤ ਅਫਸੋਸ ਦੇ ਵਿੱਚ ਸੀਗੇ ਅਤੇ ਉਹ ਕਈ ਥਾਵਾਂ 'ਤੇ ਵੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ, ਕਿਉਂਕਿ ਹਾਲਾਤ ਇਹੋ ਜਿਹੇ ਤਣਾਅਪੂਰਨ ਹੋ ਚੁੱਕੇ ਸੀਗੇ ਵੀ ਹਰ ਆਦਮੀ ਡਰਦਾ ਸੀਗਾ। ਅਤੇ ਪਰ ਫਿਰ ਵੀ ਮਤਲਬ ਹਿੰਦੂ ਕਮਿਊਨਿਟੀ ਨੇ ਕਿਤੇ ਕਈ ਥਾਵਾਂ 'ਤੇ ਜਿੱਥੋਂ ਸੁਣਨ ਦੇ ਵਿੱਚ ਆਇਆ ਉੱਥੇ ਜਲਸੇ ਜਲੂਸ ਵੀ ਕੱਢੇ ਵੀ ਇਹਨੂੰ ਮਤਲਬ ਕੰਡੈਮ ਵੀ ਕੀਤਾ। ਉਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ, ਕਿਉਂਕਿ ਉਸ ਤੋਂ 1 ਸਾਲ ਪਹਿਲਾਂ ਇੱਕ ਰਸਤਾ ਰੋਕੂ ਅੰਦੋਲਨ ਸੀਗਾ ਲੌਂਗੋਵਾਲ ਸੰਤ, ਉਹਨਾਂ ਨੇ ਕਾਲ ਦਿੱਤੀ ਸੀ। ਰਸਤਾ ਰੋਕੂ ਅੰਦੋਲਨ ਦੇ ਵਿੱਚ ਮੈਂ ਉਹ ਅੱਖੀ ਡਿੱਠੀ ਬਾਹਰਤਾ ਮੇਰੇ ਉੱਥੇ ਕੁੱਪ ਇਹ ਚੌਂਕ ਹੈ, ਉੱਥੇ ਮਤਲਬ ਕਮਿਊਨਿਟੀ ਜਿਹੜੀ ਸੀ ਬੈਠੀ ਸੀ ਅਤੇ ਬਿਲਕੁਲ ਸ਼ਾਂਤਪੂਰਵਕ ਜਿਹੜਾ ਸੀਗਾ, ਅਤੇ ਉੱਥੇ ਕੋਈ ਡਿਸਟਰਬੈਂਸ ਨਹੀਂ ਸੀ। ਆਲੇ ਦੁਆਲੇ ਪੁਲਿਸ ਜਿਹੜੀ ਸੀਗੀ ਉਹ ਟ੍ਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ 1 ਕਿਲੋਮੀਟਰ ਦੇ ਫਾਸਲੇ 'ਤੇ ਇੱਕ ਪੈਪਸੂ ਰੋਡਵੇਜ਼ ਦੀ ਬੱਸ ਲੁਧਿਆਣੇ ਤੋਂ ਜਾ ਰਹੀ ਸੀ, ਉਹਦੀ ਕੁਛ ਨੌਜਵਾਨਾਂ ਨੇ ਜਾ ਕੇ ਉੱਥੇ ਹਵਾ ਕੱਢਤੀ, ਉੱਥੇ ਗੱਡੀ ਰੁਕ ਗਈ। ਉਸ ਤੋਂ ਉਪਰੰਤ ਤਕਰੀਬਨ 11 ਵਜੇ ਤੱਕ ਉੱਥੇ ਪੁਲਿਸ ਦੀ ਚੌਕੀ ਸੀ ਅਤੇ ਉਸ ਚੌਕੀ ਦੇ ਵਿੱਚ ਜਿਹੜੇ ਸੀ ਪੁਲਿਸ ਵਾਲਿਆਂ ਨੂੰ ਅਸੀਂ ਵੀ ਇਹ ਗੱਲ ਕਹੀ ਵੀ ਇੱਥੇ ਕੋਈ ਡਿਸਟਰਬੈਂਸ ਨਹੀਂ, ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ, ਸਗੋਂ ਤੁਸੀਂ ਇੱਕ ਸਾਈਡ 'ਤੇ ਬੈਠ ਜਾਓ। ਵੀ ਉੱਥੇ ਜਨਤਾ ਨੇ ਉਹਨਾਂ ਨੂੰ ਲੰਗਰ ਵੀ ਖਿਲਾਇਆ ਪੁਲਿਸ ਨੂੰ, ਸਮਝ ਗਏ ਨਾ।
ਇਸ ਤੋਂ ਉਪਰੰਤ ਉਹ ਸਾਡੇ ਨੋਟਿਸ 'ਚ ਆ ਬਈ ਮਲੇਰਕੋਟਲੇ ਐਸ ਟੀ ਐਮ ਡਾ ਸੀਗਾ ਧੁੱਗਾ ਅਤੇ ਐਸ ਐਸ ਪੀ ਐਸ ਪੀ ਸੀਗਾ ਵਿਸ਼ਿਸ਼ਟ ਅਤੇ ਉਹ ਵਿਸ਼ਿਸ਼ਟ ਦੀਆਂ ਜਿਹੜੀਆਂ ਪਹਿਲਾਂ ਵੀ ਉਹ ਮੋਗੇ ਜਿਹੜੇ ਸਟੂਡੈਂਟ ਕਤਲ ਹੋਏ ਸੀਗੇ ਜਾਂ ਮਤਲਬ ਪਟਿਆਲੇ ਵੀ ਡਿਸਟਰਬੈਂਸ ਕ੍ਰੀਏਟ ਹੋਈ ਸੀ ਉਹ ਵਿਸ਼ਿਸ਼ਟ ਦੇ ਦੁਆਰਾ ਹੋਈ ਸੀ ਉੱਥੋਂ ਮਤਲਬ ਚੌਂਕੀ ਦੇ ਵਿੱਚੋਂ ਵਾਇਰਲੈਸ ਹੋ ਰਹੀ ਸੀ ਵੀ ਅਸੀਂ ਘਿਰੇ ਹੋਏ ਹਾਂ ਵੀ ਸਾਡੇ ਦਾ ਕੋਈ ਪ੍ਰਬੰਧ ਕਰੋ ਹਾਲਾਂਕਿ ਉਹਨਾਂ ਨੂੰ ਬਿਲਕੁਲ ਕੁਛ ਨਹੀਂ ਸੀ ਉੱਥੇ ਵਿਸ਼ਿਸ਼ਟ ਧੁੱਗਾ ਸੀ ਆਰ ਪੀ ਨੂੰ ਨਾਲ ਲੈ ਕੇ ਉੱਥੇ ਮਲੇਰਕੋਟਲੇ ਵੀ ਇੱਕ ਜਰਗ ਚੌਂਕ ਹੈਗਾ ਉੱਥੇ ਟ੍ਰੈਫਿਕ ਜਾਮ ਕੀਤਾ ਹੋਇਆ ਪਿਆ ਸੀਗਾ ਕਿਉਂਕਿ ਬੰਦ ਦੀ ਕਾਲ ਦਿੱਤੀ ਵੀ ਸੀ ਅਤੇ ਉਸ ਵੇਲੇ ਮਤਲਬ ਇਹ ਵਿਸ਼ਿਸ਼ਟ ਨੂੰ ਕਿਹਾ ਗਿਆ ਅਤੇ ਧੁੱਗੇ ਨੂੰ ਵੀ ਕਿਹਾ ਗਿਆ ਵੀ ਤੁਸੀਂ ਜ਼ਰੂਰੀ ਨਹੀਂ ਹੈ ਵੀ ਜੇ ਕੁੱਪ ਜਾਣਾ ਕੋਈ ਡਿਸਟਰਬੈਂਸ ਹੈ ਤੁਸੀਂ ਦੂਈ ਡਾਇਰੈਕਸ਼ਨ ਲੈ ਕੇ ਚਲੇ ਜਾਓ ਉਹ ਕਹਿੰਦੇ ਨਹੀਂ ਜਾਣਾ ਇੱਧਰ ਦੀ ਆ ਜਦੋਂ ਉਹ ਮਤਲਬ ਫਿਰ ਉਸ ਜਰਗ ਚੌਂਕ 'ਚ ਆਏ ਉੱਥੇ ਮਤਲਬ ਬਿਨਾਂ ਵਜ੍ਹਾ ਉਹਨਾਂ ਨੇ ਗੋਲੀ ਚਲਾ ਤੀ ਗੋਲੀ ਚਲਾਈ ਹੋਈ ਉੱਥੇ ਤਿੰਨ ਆਦਮੀ ਮਰ ਗਏ ਫਾਇਰਿੰਗ ਹੋ ਗਈ ਆਲੇ ਦੁਆਲੇ ਲੋਕ ਭੱਜ ਭੁੱਜ ਗਏ ਉਦੋਂ ਮਗਰੋਂ ਮਤਲਬ ਇਹ ਕੁੱਪ ਨੂੰ ਆ ਗਏ ਕੁੱਪ ਆ ਕੇ ਸਭ ਤੋਂ ਪਹਿਲਾਂ ਅਸੀਂ ਮਤਲਬ ਪੰਚਾਇਤ ਵਾਲੇ ਬਿਲਕੁਲ ਬਾਹਰ ਸੜਕ 'ਤੇ ਖੜ੍ਹੇ ਸੀ ਅਤੇ ਉਹ ਜਿਹੜੀ ਬੱਸ ਸੀਗੀ ਉਸ ਨੂੰ ਉਹਨਾਂ ਨੇ ਆ ਕੇ ਪਹਿਲਾਂ ਅੱਗ ਲਾਈ ਸੀ ਆਰ ਪੀ ਨੇ ਅੱਗ ਲਾ ਕੇ ਉਹਦੇ ਲਾਬੂ ਲੱਗਣ ਲੱਗ ਗਏ ਜਿੱਥੋਂ ਫਿਰ ਥੋੜ੍ਹਾ ਜਿਹੇ ਫਰਕ ਨਾਲ ਅੱਧਾ ਕਿਲੋਮੀਟਰ ਤੋਂ ਉੱਥੋਂ ਜਦੇ ਫਿਰ ਉਹ ਸੀ ਆਰ ਪੀ ਵਗੈਰਾ ਉਹ ਗੱਡੀਆਂ 'ਚ ਉਤਰ ਗਏ ਉਤਰਨ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ ਅਸੀਂ ਇਹ ਸਮਝਦੇ ਸੀ ਇਹ ਫਾਇਰਿੰਗ ਜਿਹੜੀ ਹੈ ਵੀ ਇਹ ਸਿਰਫ ਮਤਲਬ ਰਬੜ ਦੇ ਬੁਲਟ ਨੇ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਅਸੀਂ ਉੱਥੇ ਹੀ ਖੜ੍ਹੇ ਰਹੇ ਹਾਂ ਉਸ ਵੇਲੇ ਸੀ ਆਰ ਪੀ ਅਤੇ ਧੁੱਗਾ ਤਹਿਸੀਲਦਾਰ ਵਿਸ਼ਿਸ਼ਟ ਇਹ ਆ ਰਹੇ ਸੀਗੇ ਆ ਕੇ ਇਹਨਾਂ ਨੇ ਆਰਡਰ ਦਿੱਤਾ ਹੀ ਹੋਇਆ ਸੀ ਮਤਲਬ ਸ਼ੂਟਿੰਗ ਦਾ ਉਹ ਇੱਕਦਮ ਜਿਹੜੀਆਂ ਥੋੜ੍ਹੇ ਘਣੇ ਉੱਥੇ ਮਕਾਨ ਸੀਗੇ ਦੁਕਾਨਾਂ ਸੀਗੀਆਂ ਉਹਨਾਂ ਦੇ ਉੱਤੇ ਚੜ੍ਹ ਗਏ ਉਹ ਆਰਮੀ ਵਾਲੇ ਸੀ ਆਰ ਪੀ ਵਗੈਰਾ ਇਹ ਕਹਿ ਰਹੇ ਨੇ ਵੀ ਸੈਕੂਲਰਿਜ਼ਮ ਹੈ ਸੈਕੂਲਰਿਜ਼ਮ ਦੇਖੋ ਤੁਸੀਂ ਝਾਤੀ ਮਾਰ ਕੇ ਜਿਹੜੇ ਇਮਪਾਰਸ਼ਲ ਹਿਸਟੋਰੀਅਨ ਨੇ ਉਹ ਮਤਲਬ ਝਾਰਖੰਡ ਵਗੈਰਾ ਉੱਤਰਾਖੰਡ ਵਗੈਰਾ ਹੋਰ ਕੀ ਕੁਛ ਹੋ ਰਿਹਾ ਕਿੰਨੇ ਜ਼ੁਲਮ ਕਿੰਨੇ ਅਨਿਆਏ ਹੋ ਰਹੇ ਨੇ ਸਮਝੀਏ ਨਾ ਜੇ ਕੋਈ ਆਪਣੀਆਂ ਡਿਮਾਂਡਸ ਜਿਹੜੀਆਂ ਹੈਗੀਆਂ ਨੇ ਡੈਮੋਕ੍ਰੇਟ ਢੰਗ ਦੇ ਨਾਲ ਉਠਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕਾਨਸਟੀਟਿਊਸ਼ਨ ਜਿਹੜਾ ਹੈਗਾ ਅਲਾਓ ਕਰਦਾ ਕਾਨਸਟੀਟਿਊਸ਼ਨ ਦੇ ਆਧਾਰ 'ਤੇ ਹੀ ਆਪਦੀ ਡਿਮਾਂਡਸ ਪੁੱਟ ਕਰਦਾ ਤੁਹਾਡੇ ਸਾਹਮਣੇ ਉਹਨੂੰ ਫੁਲਫਿਲ ਕਰਨਾ ਜਾਂ ਉਹਨੂੰ ਕਨਵਿੰਸ ਕਰਵਾਉਣਾ ਜਾਂ ਉਹ ਤਾਂ ਮਤਲਬ ਆਖਰ ਵਿਧਾਨ ਵੀ ਇਹੋ ਕਹਿੰਦਾ ਨਹੀਂ ਪਰ ਜਿਹੜਾ ਉਹ ਕਹਿੰਦੇ ਨੇ ਇਹ ਬਾਗੀ ਆ ਉਹਨਾਂ ਦਾ ਹਾਲ ਜਿਹੜੇ ਮਤਲਬ ਇਹ ਲਾਈਨ 'ਤੇ ਤੁਰੇ ਹੋਏ ਨੇ ਉਹ ਹੁਣ ਤੁਸੀਂ ਦੇਖਦੇ ਹੋ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਜੇਲ੍ਹ 'ਚ ਛੱਡ ਦਿਓ ਜਿਹੜੇ ਮਰਜ਼ੀ ਜੀ 'ਤੇ ਕੇਸ ਬਣਾ ਦਿਓ ਰੋਜ਼ਾਨਾ ਤੁਸੀਂ ਇੰਟਰਨੈਸ਼ਨਲ ਮਤਲਬ ਪੜ੍ਹਦੇ ਹੋ